ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਜੁੜੀ ਹੈ। ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਰੀਬ 4 ਮਹੀਨੇ ਪਹਿਲਾਂ 16 ਜਨਵਰੀ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਉਹ ਸਰਕਾਰੀ ਕੋਠੀ ਦਾ ਮੋਹ ਨਹੀਂ ਛੱਡ ਸਕੇ ਸਨ। ਪ੍ਰਸ਼ਾਸਨ ਵੱਲੋਂ ਕੋਠੀ ਛੱਡਣ ਦੇ ਲਈ ਭੇਜੇ ਗਏ ਪਹਿਲੇ ਨੋਟਿਸ ਦਾ ਰਾਣਾ ਗੁਰਜੀਤ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਹੁਣ ਵਿਭਾਗ ਨੇ ਸੈਕਟਰ 7 ਸਥਿਤ ਸਰਕਾਰੀ ਕੋਠੀ ਨੰਬਰ 69 ਨਵੇਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅਲਾਟ ਕਰ ਦਿੱਤੀ ਹੈ। ਵਿਭਾਗ ਨੇ ਦੱਸਿਆ ਹੈ ਕਿ ਸਿੱਖਿਆ ਮੰਤਰੀ ਨੂੰ ਕੋਠੀ ਅਲਾਟ ਕਰਨ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਨੂੰ ਦੁਬਾਰਾ ਪੱਤਰ ਲਿਖ ਕੇ ਕੋਠੀ ਖਾਲੀ ਕਰਨ ਨੂੰ ਕਿਹਾ ਗਿਆ। ਚੰਡੀਗੜ੍ਹ ਦੇ ਬਹੁਤ ਮਹੱਤਵਪੂਰਨ ਸੈਕਟਰ 4 MLA ਹੋਸਟਲ ਦੇ ਨਜ਼ਦੀਕ ਉਹਨਾਂ ਦਾ ਆਪਣਾ ਵੱਡਾ ਬੰਗਲਾ ਵੀ ਹੈ। ਆਪਣੀ ਰਿਹਾਇਸ਼ ਹੋਣ ਦੇ ਬਾਵਜੂਦ ਸਾਬਕਾ ਮੰਤਰੀ ਦਾ ਸਰਕਾਰੀ ਕੋਠੀ ਖਾਲੀ ਨਾ ਕਰਨਾ ਸਵਾਲ ਖੜੇ ਕਰਦਾ ਹੈ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਰੇਤ ਦੀ ਖੜ ਲੈਣ ਦੇ ਮਾਮਲੇ 'ਚ ਬੁਰੀ ਤਰ੍ਹਾਂ ਘਿਰ ਗਏ ਸਨ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਸਰਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਕੈਪਟਨ ਨੂੰ ਸਰਕਾਰ ਦੀ ਵੱਡੇ ਪੱਧਰ 'ਤੇ ਬਦਨਾਮੀ ਹੋਣ ਦੇ ਕਾਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਣਾ ਗੁਰਜੀਤ ਸਿੰਘ ਤੋਂ ਅਸਤੀਫਾ ਲੈਣ ਦੇ ਹੁਕਮ ਦਿੱਤੇ। ਇਸ ਤਰ੍ਹਾਂ ਰਾਣਾ ਗੁਰਜੀਤ ਸਿੰਘ ਨੇ 16 ਜਨਵਰੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ, ਜੋ ਕਿ 18 ਜਨਵਰੀ ਨੂੰ ਮਨਜ਼ੂਰ ਹੋ ਗਿਆ ਸੀ। ਪੰਜਾਬ ਵਿੱਚ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ 600 ਨਵੀਆਂ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਚੰਡੀਗੜ੍ਹ ਵਿੱਚ ਹੋਈ ਟਰਾਂਸਪੋਰਟ ਵਿਭਾਗ ਦੀ ਪਹਿਲੀ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਹਨਾਂ ਵਿੱਚ 300 ਬੱਸਾਂ ਪਨਬੱਸੀਆਂ ਅਤੇ 30 ਵੋਲਵੋ ਬੱਸਾਂ ਅਤੇ 250 ਦੇ ਵੱਧ PRTC ਦੀਆਂ ਬੱਸਾਂ ਚਲਾਈਆਂ ਜਾਣਗੀਆਂ। ਅਰੁਣਾ ਚੌਧਰੀ ਨੇ ਕਿਹਾ ਕਿ 2 ਮਹੀਨੇ ਤੱਕ ਨਵੀਆਂ ਬੱਸਾਂ ਚੱਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਹੁਣ ਨਿੱਜੀ ਅਤੇ ਸਰਕਾਰੀ ਬੱਸਾਂ ਵਿੱਚ GPS ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਨਿਰਧਾਰਿਤ ਰੂਟ ਅਤੇ ਬੱਸ ਸਟੈਂਡ ਸੇਵਾ ਦੇਣ ਜਾਂ ਨਾ ਦੇਣ ਦੀ ਜਾਣਕਾਰੀ ਵੀ ਤੁਰੰਤ ਮਿਲ ਸਕੇਗੀ। ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਟਰਾਂਸਪੋਰਟ ਨਿਯਮਾਂ ਨੂੰ ਹੋਰ ਵੀ ਸਖ਼ਤ ਕਰਨ ਜਾ ਰਹੀ ਹੈ ਅਤੇ ਜੇਕਰ ਕੋਈ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇੱਕ ਨਿੱਜੀ ਬੱਸ ਲਈ ਹੁਣ ਸਿਰਫ਼ 1 ਹੀ ਪਰਮਿਟ ਹੋਵੇਗਾ, ਜਿਸ ਦੀ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਇਆ ਕਰੇਗੀ। ਅਤੇ ਜਿਸ ਬੈਠਕ ਵਿੱਚ ਟਰਾਂਸਪੋਰਟ ਮੰਤਰੀ ਨੇ RTOs ਨੂੰ 30 ਮਈ ਤੱਕ ਬਕਾਇਆ ਟੈਕਸ ਇਕੱਠਾ ਕਰਨ ਦੇ ਵੀ ਹੁਕਮ ਦਿੱਤੇ ਹਨ। ਅਰੁਣਾ ਚੌਧਰੀ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਆਪਣੇ ਕੰਮਾਂ ਵਿੱਚ ਕੋਤਾਹੀ ਵਰਤਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਬਣਨ ਤੋਂ ਬਾਅਦ ਓਪੀ ਸੋਨੀ ਬੁੱਧਵਾਰ ਨੂੰ ਆਪਣੇ ਹੀ ਹਲਕੇ ਵਿੱਚ ਰੋਡ ਸ਼ੋਅ ਕਰਨ ਪਹੁੰਚੇ ਤਾਂ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਨੋਟਾਂ ਨਾਲ ਬਣੇ ਹਾਰਾਂ ਦੀ ਬਾਛੜੀ ਕਰ ਦਿੱਤੀ। ਹਾਲਾਤ ਇਹ ਸੀ ਕਿ ਮੰਤਰੀ ਜੀ ਨੋਟਾਂ ਦੇ ਹਾਰਾਂ ਦੇ ਹੇਠਾਂ ਦੱਬੇ ਹੋਏ ਸਨ, ਪਰ ਫਿਰ ਵੀ ਉਹਨਾਂ ਆਪਣੇ ਸਮਰਥਕਾਂ ਨੂੰ ਨਹੀਂ ਰੋਕਿਆ। 20 ਸਾਲ ਤੋਂ ਵਿਧਾਇਕ ਸੋਨੀ ਨੂੰ ਪਹਿਲੀ ਵਾਰ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਸ਼ਾਇਦ ਉਹ ਇਸ ਸੁਭਾਗੀ ਕੜੀ ਨੂੰ ਖੁੰਝਾਉਣਾ ਨਹੀਂ ਚਾਹੁੰਦੇ ਸਨ। ਕੇਂਦਰੀ ਰਿਜ਼ਰਵ ਬੈਂਕ ਦੇ ਨਿਰਦੇਸ਼ ਹਨ ਕਿ ਨੋਟਾਂ ਨੂੰ ਸਟੈਪਲ ਨਹੀਂ ਕੀਤਾ ਜਾ ਸਕਦਾ, ਪਰ ਮੰਤਰੀ ਸਾਹਿਬ ਨੂੰ ਉਸ ਨਾਲ ਕੀ ਲੈਣ ਦੇਣ? ਸਟੈਪਲ ਨੋਟਾਂ ਦੇ ਹਾਰ ਦੇਖਦੇ ਗਏ ਅਤੇ ਮੰਤਰੀ ਜੀ ਖੁੱਲ੍ਹੇ ਨਹੀਂ ਸਮਾ ਰਹੇ ਸਨ। ਸੋਨੀ ਨੂੰ ਬੀਤੀ 21 ਅਪ੍ਰੈਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੂੰ ਸਕੂਲੀ ਸਿੱਖਿਆ ਮੰਤਰੀ ਦਾ ਕਾਰਜਕਾਰ ਦਿੱਤਾ ਗਿਆ। ਸੋਨੀ ਸਾਹਿਬ ਨੇ ਜਿੰਨੇ ਨੋਟ ਭਰੇ ਉਹਨਾਂ ਵਿੱਚ ਉਹਨੇ ਵੀ ਸਕੂਲ ਅਧਿਆਪਕਾਂ ਦੀ 2-4 ਮਹੀਨਿਆਂ ਦੀ ਤਨਖਾਹ ਆ ਜਾਵੇ, ਜਿਸ ਲਈ ਅਧਿਆਪਕਾਂ ਨੂੰ ਧਰਨੇ ਵੀ ਦੇਣੇ ਪੈਂਦੇ ਹਨ। ਪਰ ਇੱਧਰ ਉਹਨਾਂ ਦੇ ਮੰਤਰੀ ਹਨ ਕਿ ਜਿਨ੍ਹਾਂ ਨੂੰ ਨੋਟਾਂ ਦੀ ਕੋਈ ਕਮੀ ਨਹੀਂ ਹੈ। ਬੀਤੇ ਕੱਲ੍ਹ ਸੋਨੀ ਮੰਤਰੀ ਬਣਨ ਤੋਂ ਬਾਅਦ ਜਦ ਪਹਿਲੀ ਵਾਰ ਆਪਣੇ ਹਲਕੇ ਵਿੱਚ ਪਹੁੰਚੇ ਤਾਂ ਅੰਮ੍ਰਿਤਸਰ ਜਿਵੇਂ ਥੰਮ ਹੀ ਗਿਆ। ਸ਼ਹਿਰ ਦੇ ਮਸ਼ਹੂਰ ਭੰਡਾਰੀ ਪੁਲ 'ਤੇ ਲੋਕ ਘੰਟਿਆਂ ਵਿੱਚ ਜਾਮ ਵਿੱਚ ਫਸੇ ਰਹੇ। ਕਾਰਨ ਇਹ ਸੀ ਕਿ ਮੰਤਰੀ ਜੀ ਓਪਨ ਜੀ ਵਿੱਚ ਆਪਣੇ ਸਮਰਥਨ ਨਾਲ ਸ਼ਕਤੀ ਪ੍ਰਦਰਸ਼ਨ ਕਰਦੇ ਜਾ ਰਹੇ ਸਨ। ਮੰਤਰੀ ਨੇ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਸਾਰੇ ਸ਼ਹਿਰ ਨੂੰ ਵਕਫ ਪਾਈ ਰੱਖਿਆ। ਤਰਨ ਤਾਰਨ ਜ਼ਿਲ੍ਹਾ ਪੁਲਿਸ ਨੇ 1 ਕਿਲੋ 100 ਗ੍ਰਾਮ ਹੈਰੋਇਨ ਸਹਿਤ ਅੰਤਰਰਾਸ਼ਟਰੀ ਤਸਕਰ ਅਵਤਾਰ ਸਿੰਘ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਆਰੋਪੀ ਤੋਂ 1 ਪਿਸਟਲ ਅਤੇ 4 ਜ਼ਿੰਦਾ ਰੋਂਦ ਅਤੇ 1 ਪਾਕਿਸਤਾਨੀ ਸਿੰਘ ਮੋਟਰਸਾਈਕਲ ਅਤੇ 200 ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਮਾਰਕੀਟ ਵਿੱਚ ਹੈਰੋਇਨ ਦੀ ਕੀਮਤ ਲਗਭਗ 5.5 ਕਰੋੜ ਰੁਪਏ ਦੇ ਲਗਭਗ ਹੈ ਅਤੇ SP ਇਨਵੈਸਟੀਗੇਸ਼ਨ ਨੇ ਕਿਹਾ ਕਿ ਆਰੋਪੀ ਪਹਿਲਾਂ ਤੋਂ ਹੀ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਭਗੋੜਾ ਸੀ ਅਤੇ ਪੁਲਿਸ ਉਸਦੀ ਤਲਾਸ਼ ਵਿੱਚ ਜੁਟੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਰੋਪੀ ਹੈਰੋਇਨ ਦੀ ਸਪਲਾਈ ਕਰਨ ਦੇ ਲਈ ਆ ਰਿਹਾ ਹੈ ਅਤੇ ਆਰੋਪੀ ਨੂੰ ਫੜਨ ਦੇ ਲਈ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸ ਸੰਬੰਧਿਤ ਖੇਤਰ ਵਿੱਚ ਗਸ਼ਤ ਨੂੰ ਵੀ ਵਧਾ ਦਿੱਤਾ ਗਿਆ ਸੀ ਅਤੇ ਪਿੰਡ ਸੁਰ ਸਿੰਘ ਦੇ ਨੇੜੇ ਪੁਲਿਸ ਨੂੰ ਹੈਰੋਇਨ ਤਸਕਰ ਮੋਟਰਸਾਈਕਲ ਉੱਤੇ ਆਉਂਦਾ ਨਜ਼ਰ ਦਿੱਤਾ ਅਤੇ ਜਿਨ੍ਹਾਂ ਕਿ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਤੁਰੰਤ ਘੇਰਾਬੰਦੀ ਕਰਦੇ ਹੋਏ ਤਸਕਰ ਨੂੰ ਕਾਬੂ ਕਰ ਲਿਆ ਅਤੇ ਉਸਦੇ ਮੋਟਰਸਾਈਕਲ ਉੱਤੇ ਲੱਗੇ ਬੈਗ ਦੀ ਤਲਾਸ਼ੀ ਲੈਣ ਉੱਤੇ ਉਸ ਵਿੱਚੋਂ 1 ਕਿਲੋ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਆਰੋਪੀ ਦੇ ਕੋਲ 1 ਪਿਸਟਲ ਅਤੇ 4 ਜ਼ਿੰਦਾ ਰੋਂਦ ਅਤੇ 1 ਪਾਕਿਸਤਾਨੀ ਸਿੰਮ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਆਰੋਪੀ ਦੇ ਖਿਲਾਫ਼ NDS ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ 'ਚ ਲੰਡਨ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਪੰਜਾਬੀਆਂ ਦੀ ਮੰਗ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੇਵਾ ਟਰੱਸਟ ਯੂਕੇ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ ਬਰਤਾਨੀਆ ਦੀ ਸੰਸਦ ਵਿੱਚ ਅੱਜ ਨਵੀਂ ਮੁਹਿੰਮ ਆਰੰਭੀ ਗਈ ਹੈ। ਸੰਸਦ ਮੈਂਬਰ ਢੇਸੀ ਨੇ ਕਿਹਾ ਕਿ 2016 ਵਿੱਚ ਲਗਭਗ 1,88,869 ਸਾਲਾਨਾ ਯਾਤਰੀਆਂ ਨੇ ਅੰਮ੍ਰਿਤਸਰ ਅਤੇ ਯੂਕੇ ਵਿਚਕਾਰ ਸਫ਼ਰ ਕੀਤਾ ਹੈ, ਜਿਸ ਕਰਕੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਲੰਡਨ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੰਗ ਨੂੰ ਬਰਤਾਨੀਆ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਹੀ ਹਮਾਇਤ ਪ੍ਰਾਪਤ ਹੈ। ਅੰਮ੍ਰਿਤਸਰ ਦੇ ਸੰਸਦ ਮੈਂਬਰ
चेयरमैन चरण कंवल सिंह सेखों ने कहा कि साडा मुख्य मकसद पंजाब अते प्रवासियों एक दूजे के नेड़े लियाना है। इस मुहिम विच भी इसे का हिस्सा है। अमृतसर विकास मंच के ओवरसीज सकत्तर समरदीप सिंह गुमटाला ने अमृतसर के लंडन के यात्रियों के अंकड़े के आर्थिक लाभों बारे भी खोज तत्थ पेश किए। इस मौके भाई साहब भाई महेंद्र सिंह निष्काम सेवक जत्थे का हमायती सुनेहा भी पहुंचाया गया। जहर निकलण कारण दम तोड़न तो पहला जज साहब के सामने दिए बयान से पुलिस ने चार लोगों के खिलाफ मामला तो दर्ज कर लिया, पर किसी भी नामजद की गिरफ्तारी न होने कारण मृतक नौजवानों के परिवार मैंबर ने अज मानसा के थाना सिटी दो के अगे प्रदर्शन किया। मांग की कि नाजुक लोगों को जल्दी ही गिरफ्तार किया जाए। तुम दस दिए कि पेके घर रही अपनी पत्नी को मिलने नहीं गए नौजवान की जहर कारण भेद भरे हालातों में मौत हो गई। पुलिस ने मानयोग जज के सामने नौजवान वालों दिए बयान से कार्रवाई करद मृतक की सस सोहरा साली और एक होर व्यक्ति खिलाफ मामला दर्ज कर लिया, परंतु पुलिस वालों किसी भी गिरफ्तारी नहीं हुई है। जिससे गुस्से में आए मृतक के परिवार मैंबर ने थाना सिटी दो के मोहरे प्रदर्शन करके घुराव किया। परिवारक मैंबर ने दोष लगाया कि पुलिस मामले के नामजद लोगों को जान बुझ के नहीं पड़ रही। उन्होंने मांग की कि मामले में नामजद सारों को जल्दी से जल्दी गिरफ्तार किया जाए, जो कि पुलिस वालों नामजद आरोपियों को फड़न लई छापेमारी की जा रही है। मुख्य अफसर गुरमीत सिंह ने दसिया कि दोषियों की भाल की जा रही है। वाल्मीकि भाईचारे की भावना ठेस पहुंचाने के मामले में बॉलीवुड अदाकारा राखी सावंत ने इतों के सर्कट हाउस में भाईचारे के वकील न समझौता कर लिया। समझौते तो बाद राखी सावंत ने यह भी कहा कि उन्होंने वाल्मीकि भगवान में आस्था है। नरेंद्र आदिया भी उन्होंने भरा वांगन अज उन्होंने वकील आदिया नाल राजीनामे के दस्तक किए। वकील नरेंद्र आदिया ने जुलाई 2016 च राखी सावंत विरुद्ध वाल्मीकि भाईचारे दी धार्मिक भावनाओं को ठेस पहुंचाने संबंधी अदालत में शिकायत की। इस दौरान उन्होंने दसिया कि राखी ने उदों भी वाल्मीकि भाईचारे तो माफ़ी मांग ली थी। उन्होंने दसिया कि यह बाद में पता लगा कि राखी भी वाल्मीकि समाज तो आते हैं। दोवें धिरां ने अज समझौते के दस्तखत कर ले जिसन अदालत में जमा करवा दिया जाएगा। इस बाद मामले की अगली तारीख मौके आदिया की शिकायत वापस हो जाएगी। संगरूर के सुनाम कच्ची पही उत्ते प्रीत कॉलोनी के घर में बने गुरुद्वारा में रहने मासूम बच्चे कुटन और उन्होंने शोषण करने का मामला सामने आया। इल्जाम है कि बच्चा बिना नहाए गुरु ग्रंथ साहब जी के कोल चला गया, जिस कारण उसको पूरी तरह कुटाया गया। घटना के बाद भुखा प्यासा बच्चा स्कूल अपड़िया तो दर्द होने उत्ते रोण के कारण पूरे मामले का खुलासा हो पाया, जिसके बाद मामले की वीडियो वायरल होने से प्रशासन ने मौके उत्ते रेड कर बच्चों अपनी कस्टडी में लैके मामले की जांच शुरू कर दी है। जानकारी अनुसार पीड़ित बच्चा संगरूर के पिंगलवाड़ा में है। एक्टिविस्ट जतिंदर जैन ने दसिया कि वीरवार को वीडियो वायरल हुई थी जिस में चौथी जमात का विद्यार्थी जतिंदर ने दसिया कि वह कच्ची पही उत्ते गुरुद्वारा में रहता है। उसको गुरुद्वारे के बाबे ने स्पीकर की तार झंबिया है। चोट के डूंगे निशान भी दिखाई दे रहे हैं। उन्होंने वीडियो SDM राजदीप राड़ को भी भेजी है, जिसके बाद प्रशासन हरकत में आया। उसने ही पिंगलवाड़ा अपने बच्चों को लैन आई। पीड़ित बच्चे की माँ ने दसिया कि गुरु सिक्ख्या गुरुद्वारा साहब उसने अपने बच्चों को छड़ा सी। हुण पता चलिया कि इस तरह के बच्चों उत्ते जुल्म हो रहा है, तो वह अपने बच्चों को घर वापस लैन नहीं जा रहे हैं। बच्चों के पिता की मौत तो बाद उन्हों की माँ 3 साल पहला बच्चों को इतों गुरुद्वारे में छड़ गई। जिसके बाद जिला वाल सुरक्षा विभाग के जिलाधिकारी ने दसिया कि सोशल मीडिया के जरिए इस मामले का पता चलाया है और हुण गरंटी उत्ते केस दर्ज करवा दिया गया। लड़कियों के शरीरिक शोषण के मामले पंजाब अंदर आम हो गए हैं, जिस कारण इन्हां दिनी पंजाब दी औरतां अंदर सहम पाया जा रहा है। ताज़ा मामला फरीदकोट का है, जिसे एक नाबालिग ने उसके गुआंढी वालों लगातार 6 महीने तक बलात्कार करके बलात्कार किया जाता रहा। आखिर जब पीड़िता का सबर का बंध टुटा तो इस सारे मामले तो पर्दा उठा। मीडिया नाल गलबात करदिआं पीड़ित लड़की ने दसिया कि उसके माता पिता का आपस में तलाक हो चुका है, वह अपने पिता के नाल रह रही है। पीड़िता ने दसिया कि उसका पिता दिहाड़ी मजदूरी लिए अक्सर घर तो बाहर जाता रहता है, जिसका फायदा उठा के उसका गुआंढ में रहने वाला सोनू नाम का लड़का धक्के उन्होंने घर आ जाता है। उसके नाल धक्के डरा धमका के बलात्कार करता है। बीते दिन भी पीड़िता नाल इस गुआढ़ी ने धक्के निशाही की, पीड़िता के पिता की कुटमार भी की। उन्होंने इस मौके इंसाफ की मांग करद कथित दोषी खिलाफ सख्त कार्रवाई की मांग की। इस मौके गलबात करद पीड़ित लड़की के पिता ने कहा कि उसकी नाबालिग लड़की ना गुआढ़ में रहने वाले सोनू नाम के लड़के वालों डरा धमका के करीब 6 महीने तक जबरदस्त किया जाता रहा। उन्होंने कहा कि उस दोषी खिलाफ बनती कार्रवाई की जाए तो उन्होंने इंसाफ दिया जाए। इस सारे मामले बारे जब थाना सिटी फरीदकोट के मुख्य अफसर गुरदीप सिंह गल की तो उन्होंने कहा कि पीड़ित लड़की के बयान दर्ज करके उसका मेडिकल करवा के सोनू नाम के लड़के खिलाफ पासको एक्ट के सैक्शन 6 IPS की धारा 506 और 376 समेत मामला दर्ज किया गया है। दोषी जल्द ही गिरफ्तार कर पेश अदालत में कर दिया जाएगा। दलित विद्यार्थियों की स्कॉलरशिप की राशि का फंड केंद्र सरकार वालों जारी करवाने को लेकर पंजाब कैबिनेट मंत्री साधु सिंह धर्मसोत केंद्रीय मंत्री थावरचंद गहलोत के नाल मीटिंग हुई। मीटिंग के केंद्रीय राजमंत्री फतेह सांपला और केंद्र पंजाब के अधिकारी भी मौजूद रहे। मीटिंग के बाद केंद्रीय राजमंत्री फतेह सांपला ने मीडिया नाल गलबात में कहा कि पूरे देश में दलित विद्यार्थियों की स्कीम तहत केंद्र सरकार फंड जारी कर रही है। अज पंजाब के मंत्री आए हैं, जो भी दिक्कत है उसको छेती ही खत्म करके केंद्र वदे वालों सूबा सरकार को फंड जारी कर दिया जाएगा।